ਬਲਵੰਤ ਸਿੰਘ ਰਾਜਵਾਨਾ ਨੇ ਅੱਜ ਪਟਿਆਲਾ ਜੇਲ੍ਹ ਚ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਸਵੇਰੇ 8:30 ਨਾ ਰੋਟੀ ਖਾਦਿਓ ਤੋਂ ਬਾਅਦ ਭੈਣ ਜਿਹੜੇ ਕਮਲਦੀਪ ਕੌਰ ਨੇ ਉਹਨਾਂ ਨਾਲ ਮੁਲਾਕਾਤ ਵੀ ਹੋਈ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਹੈ ਅਕਾਲੀ ਦਲ ਕੱਲ ਮੁਲਾਕਾਤ ਕਰਨ ਗਿਆ ਸੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਅਰਸ਼ਦੀਪ ਕਲੇਰ ਸਾਡੇ ਨਾਲ ਨੇ ਕਲੇਰ ਜੀ ਤੁਸੀਂ ਕੱਲ ਮੁਲਾਕਾਤ ਕਰਨ ਗਏ ਸੀ ਤੁਸੀਂ ਕਹਿ ਰਹੇ ਹੋ ਕਿ ਜੇਕਰ ਕੱਲ ਅਕਾਲੀ ਦਲ ਦੀ ਮੁਲਾਕਾਤ ਹੁੰਦੀ ਤਾਂ ਅੱਜ ਉਹਨਾਂ ਨੇ ਭੁੱਖ ਹੜਤਾਲ ਤੇ ਨਹੀਂ ਜਾਣਾ ਸੀ ਤੁਹਾਨੂੰ ਕਿਉਂ ਲੱਗਦਾ ਹੈ ਮੈਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਭਾਈ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਭੁੱਖ ਹੜਤਾਲ ਨਾ ਕਰਨ ਕਿਉਂਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵਚਨਬੱਧ ਨੇ ਯਤਨਸ਼ੀਲ ਨੇ ਭਾਈ ਸਾਹਿਬ ਦੇ ਇਨਸਾਫ ਦੀ ਲੜਾਈ ਦੇ ਲਈ ਕੱਲ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਭਾਈ ਸਾਹਿਬ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਟਿਆਲਾ ਜੇਲ੍ਹ ਦੇ ਵਿੱਚ ਗਿਆ ਸੀ ਜਿਦੀ ਕਿ 30 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲਿਖਤੀ ਪਰਮਿਸ਼ਨ ਮੰਗੀ ਸੀ ਐਡੀਜਪੀ ਪ੍ਰੈਜ਼ੈਂਸ ਤੋਂ ਤੇ 12 ਨੂੰ ਉਹ ਪਰਮਿਸ਼ਨ ਦੇ ਦਿੱਤੀ ਗਈ ਸੀ ਇਹ ਪਰਮਿਸ਼ਨ ਆ ਮੈਂ ਤੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ 12 ਨੂੰ ਇਸ ਪਰਮਿਸ਼ਨ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਵਫਦ ਗਿਆ ਔਰ ਮੈਂ ਕੱਲ ਵੀ ਇੱਕ ਗੱਲ ਬੜੀ ਕਲੀਅਰ ਕੀਤੀ ਸੀ ਅੱਜ ਫੇਰ ਕਰ ਦਿੰਦਾ ਕਿ ਇਸ ਵਫਦ ਦੀ ਅਗਵਾਈ ਸਰਦਾਰ ਵਿਕਰਮ ਸਿੰਘ ਮਜੀਠੀਆ ਕਰ ਰਹੇ ਸੀ ਜਿਹੜੇ ਕਿ Z+ ਪ੍ਰੋਟੈਕਟਿਵ ਨੇ ਸੋ Z+ ਪ੍ਰੋਟੈਕਟਿਵ ਦਾ ਪਹਿਲਾ ਪ੍ਰੋਗਰਾਮ ਵੀ ਇੱਕ ਦਿਨ ਪਹਿਲਾਂ ਪਟਿਆਲਾ ਦੇ ਕੋਲੇ ਚਲਾ ਗਿਆ ਸੀ ਜੇਲ੍ਹ ਤੱਕ ਉਹਨਾਂ ਦੀ ਪਾਇਲਟ ਲੈ ਕੇ ਗਈ ਹੈ ਕੀ ਹੋਇਆ ਕਿ ਇਹਨ ਮੌਕੇ ਤੇ ਮੁੱਖ ਮੰਤਰੀ ਦੇ ਹੁਕਮਾਂ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਤੇ ਸਰਦਾਰ ਵਿਰਸਾ ਸਿੰਘ ਵਲਟੋਹਾ ਨੂੰ ਭਾਈ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਭਾਈ ਸਾਹਿਬ ਨਾਲ ਮੁਲਾਕਾਤ ਕਰਦਾ ਭਾਈ ਸਾਹਿਬ ਨੂੰ ਇਸ ਗੱਲ ਤੇ ਬੇਨਤੀ ਕਰਦਾ ਕਿ ਉਹ ਭੁਖੜਤਾਲ ਨਾ ਕਰਨ ਤਾਂ ਇਹਦੇ 'ਚ ਕਿਸੇ ਦਾ ਕੀ ਨੁਕਸਾਨ ਸੀ ਲੱਗਦਾ ਤੁਸੀਂ ਕਨਵਿੰਸ ਕਰ ਲੰਦਾ ਅਕਾਲੀ ਦਲ ਬਲਵੰਤ ਸਿੰਘ ਰਾਜਵਾਨਾ ਨੂੰ ਕਿ ਨਾ ਕਰਨ ਭੁਖੜਤਾਲ ਕਿਉਂਕਿ ਉਹਨਾਂ ਨੇ ਸਵਾਲ ਤੇ ਅਕਾਲੀ ਦਲ ਅਤੇ ਐਸਜੀਪੀਸੀ ਤੇ ਖੜੇ ਕੀਤਾ ਕਿ ਨਹੀਂ ਕੁਝ ਹੋ ਰਿਹਾ ਇਸ ਕਰਕੇ ਮੇਰੀ ਮਰਸੀ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਨਹੀਂ ਦੇਖੋ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨੇ ਜੋ ਕਿਹਾ ਉਹ ਸਾਡੇ ਸਿਰ ਮੱਥੇ ਅਸੀਂ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਵਚਨਬੱਧਾ ਜਿੱਦਾਂ ਮੈਂ ਕਿਹਾ ਕਿ ਉਹਨਾਂ ਦੀ ਐਗਜ਼ੀਕਿਊਸ਼ਨ ਨੂੰ ਅਗਰ ਕਿਸੇ ਨੇ ਰੋਕਿਆ ਕਿਸੇ ਸੂਬੇ ਨੇ ਰੋਕਿਆ ਕਿਸੇ ਲੀਡਰ ਨੇ ਰੋਕਿਆ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਬੰਦੀ ਸਿੰਘਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਚਨਬੱਧਾ ਹੈ ਜਿੰਨੇ ਬੰਦੀ ਸਿੰਘ ਸੂਬੇ ਤੋਂ ਬਾਹਰ ਦੀਆਂ ਜ਼ਿਲ੍ਹਾਂ ਸੀ ਉਹਨਾਂ ਨੂੰ ਪੰਜਾਬ ਜਾਂ ਪੰਜਾਬ ਦੇ ਨੇੜੇ ਦੇ ਜ਼ਿਲ੍ਹਿਆਂ ਚ ਲਿਆਂਦਾ ਪੈਰੋਲ ਦੇਣੀ ਸ਼ੁਰੂ ਕੀਤੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਾਦਲ ਸਾਹਿਬ ਨੇ ਪੈਰੋਲ ਦੇਣੀ ਸ਼ੁਰੂ ਕੀਤੀ ਸੋ ਗੱਲ ਅੱਜ ਦੀ ਇਹ ਹੈ ਕਿ ਅਗਰ ਕੱਲ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਭਾਈ ਸਾਹਿਬ ਨਾਲ ਮੁਲਾਕਾਤ ਕਰਦਾ ਤਾਂ ਕੀ ਸਟੇਟ ਦਾ ਕੋਈ ਨੁਕਸਾਨ ਹੋਣਾ ਸੀ ਸਟੇਟ ਦਾ ਤਾਂ ਫਾਇਦਾ ਹੋਣਾ ਸੀ ਕਿਉਂਕਿ ਜਿਹੜਾ ਮਾਹੌਲ ਹੈ ਜਿਹੜਾ ਲਾਅ ਐਂਡ ਆਰਡਰ ਹੈ ਉਹਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਕਿਉ ਅਕਾਲੀ ਦਲ ਜਾ ਕੇ ਭਾਈ ਸਾਹਿਬ ਨੂੰ ਬੇਨਤੀ ਕਰਕੇ ਅੱਜ ਭੁਖੜਤਾਲ ਕਰਨ ਤੋਂ ਮਨਾ ਲੰਦਾ ਨਾ ਨਾ ਕਰਨ ਤਾਂ ਉਹਦੇ ਚ ਭਲਾ ਸਟੇਟ ਦਾ ਸੀ ਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹੁੰਦੇ ਕਿ ਐਸੀ ਭੁਖੜਤਾਲ ਨੂੰ ਰੋਕਿਆ ਜਾਵੇ ਲੱਗਦਾ ਹੈ ਕਿ ਉਹ ਆਪ ਹੀ ਸੂਬੇ ਦੇ ਵਿੱਚ ਅੱਗ ਲਵਾਉਣੀ ਚਾਹੁੰਦੇ ਨੇ ਸੋ ਇਹ ਸਪਸ਼ਟ ਸਵਾਲ ਮੁੱਖ ਮੰਤਰੀ ਦੇ ਉੱਤੇ ਹੈ ਮੁੱਖ ਮੰਤਰੀ ਜਵਾਬ ਦੇਣ ਹਲੇ ਵੀ ਲੱਗਦਾ ਕਿ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਹੈ ਹੁਣ ਜਿਹੜੀ ਉਹਨਾਂ ਨੇ ਭੁਖੜਤਾਲ ਸ਼ੁਰੂ ਕੀਤੀ ਹੈ ਦੇਖੋ ਜਿਹੜੇ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਨੇ ਉਹ ਲੋਕਾਂ ਦੇ ਨਾਇਕ ਨੇ ਕਿਉਂਕਿ ਉਹਨਾਂ ਦੀ ਲੜਾਈ ਜ਼ੁਲਮ ਦੇ ਖਿਲਾਫ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਲੜਾਈ ਲੜੀ ਹੈ ਸੋ ਲੋਕਾਂ ਦੇ ਨਾਇਕ ਹੈ ਸੋ ਜਦੋਂ ਲੋਕਾਂ ਦਾ ਨਾਇਕ ਐਡਾ ਕਠੋਰ ਫੈਸਲਾ ਲੈਂਦਾ ਉਥੇ ਯਕੀਨਨ ਹੀ ਜਨਤਾ ਦਾ ਸੈਂਟੀਮੈਂਟ ਜਾਗਦਾ ਔਰ ਇਹ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਪੰਜਾਬ ਦਾ ਇੱਕ ਚਿੱਠੀ ਜਿਹੜੀ ਉਹਨੇ ਅੱਜ ਲਿਖੀ ਉਹ ਕਹਿ ਰਹੇ ਨੇ ਕਿ ਜਦੋਂ ਤੱਕ ਮਰਸੀ ਪਟੀਸ਼ਨ ਵਾਪਸ ਨਹੀਂ ਹੁੰਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਦੇਖੋ ਇਹ ਸਿੱਖ ਬੁੱਧੀਜੀਵੀਆਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਪਟੀਸ਼ਨ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਪਾਈ ਹੈ ਔਰ ਅਸੀਂ ਮੰਨਦੇ ਹਾਂ ਕਿ ਉਹਦੇ 'ਚ ਸਰਕਾਰਾਂ ਨੇ ਬਹੁਤ ਵੱਡਾ ਡਿਲੇ ਕੀਤਾ ਔਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਦੋਂ 350 ਸਾਲਾਂ ਤੇ ਵਾਅਦਾ ਕਰਕੇ ਕੇਂਦਰ ਦੀ ਸਰਕਾਰਾਂ ਮੁੱਕਰ ਜਾਣ ਗੁਰਪੁਰਬ ਤੇ ਤਾਂ ਇਹੀ ਜੀ ਸਥਿਤੀ ਦੇ ਵਿੱਚ ਹੁਣ ਅਗਲਾ ਕੀ ਕੋਰਸ ਆਫ ਐਕਸ਼ਨ ਹੋਣਾ ਚਾਹੀਦਾ ਹੈ ਇਹਦੇ ਤੇ ਕੀ ਫੈਸਲਾ ਲੈਣਾ ਚਾਹੀਦਾ ਇਹ ਪਾਰਟੀ ਬੈਠ ਕੇ ਡਿਸਾਈਡ ਕਰੇਗੀ ਤਦੋਂ ਤੱਕ ਡਿਸਾਈਡ ਕਰੋਗੇ ਦੁਬਾਰਾ ਪਰਮਿਸ਼ਨ ਫੇਰ ਲਈ ਜਾਏਗੀ ਕਿਉਂਕਿ ਇਸ ਨੂੰ ਕਿਹਾ ਗਿਆ ਕਿ ਅਕਾਲੀ ਦਲ ਨੇ ਮਿਸਕੋਟ ਕੀਤਾ ਹੈ ਪਰਮਿਸ਼ਨ ਤੇ ਮਿਲੀ ਨਹੀਂ ਸੀਗੀ ਨਹੀਂ ਮੈਨੂੰ ਇਹ ਗੱਲ ਦੱਸੋ ਜੀ ਮਿਸਕੋਟ ਤਾਂ ਫਿਰ ਏਡੀਜੀਪੀ ਜੇਲਸ ਲੱਗਦੇ ਨੇ ਜਿਹੜੇ ਕਹਿੰਦੇ ਨੇ ਕਿ ਸੁਪਰਡੈਂਟ ਪਟਿਆਲਾ ਜੇਲ ਸਮਰੱਥ ਅਥਾਰਟੀ ਹੈ ਮੁਲਾਕਾਤ ਕਰਾਉਣ ਦੇ ਲਈ ਤੇ ਉਹ ਤੋਂ ਬਾਅਦ ਇਹ ਕਹਿੰਦੇ ਜੀ ਅਸੀਂ ਵਰਬਲੀ ਕਨਵੇ ਕਰਤਾ ਸੀ ਕਿਹੜੇ ਨੰਬਰ ਤੇ ਵਰਬਲੀ ਕਨਵੇ ਕਰਤਾ ਜੀ ਲਿਖਤੀ ਪਰਮਿਸ਼ਨ ਤੁਸੀਂ ਵਰਬਲੀ ਕਨਵੇ ਕਰਤਾ ਮਤਲਬ ਇਹ ਕਿੱਥੋਂ ਦਾ ਸੂਲ ਹੈ ਫਿਰ ਵਰਬਲੀ ਕਨਵੇ ਦੱਸੋ ਕਿਹੜੇ ਫੋਨ ਤੇ ਕੀਤਾ ਕਿਹੜਾ ਨੰਬਰ ਹੈ ਤੁਹਾਡੇ ਕੋਲੇ ਵੀ ਅਮਨਜੀ ਮਜੀਠੀਆ ਸਾਹਿਬ ਦਾ ਐਸ ਲੀਡਰ ਨੰਬਰ ਹੈਗਾ ਨਾ ਸਾਰੇ মিডিਆ ਕੋਲੇ ਹੈਗਾ ਸੋ ਦੱਸਣਾ ਕਿਥੇ ਕਨਵੇ ਕਰਤਾ ਇਹ ਤਾਂ ਮੁੱਖ ਮੰਤਰੀ ਸਾਹਿਬ ਜਦੋਂ 11:00 ਵਜੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਿਆ ਵੀ ਵਿਕਰਮਜੀਠੀਆ ਮਿਲਣ ਪਹੁੰਚ ਗਿਆ ਇਹ ਫਿਰ ਇੱਕਦਮ ਮੌਕੇ ਤੇ ਹਫੜਾ தਫੜੀ ਚ ਲਿਆ ਗਿਆ ਫੈਸਲਾ ਬਾਅਦ ਚ ਤਾਂ ਸਿਰਫ ਉੱਤੇ ਚਾਦਰਾਂ ਪਾਈਆਂ ਜਾਂਦੀਆਂ ਕਿੰਨੀ ਕੀ ਦੇਰ ਤੱਕ ਆ ਗਵਰਨਰ ਨੂੰ ਮਿਲੋਂਗੇ ਸੈਂਟਰਲ ਲੀਡਰਸ਼ਿਪ ਨੂੰ ਮਿਲੋਂਗੇ ਜਾਂ ਇਸ ਤੇ ਅਕਾਲੀ ਦਲ ਤੁਸੀਂ ਕਹ ਰਹੇ ਹੋ 20 ਤਰੀਕ ਨੂੰ ਵੀ ਧਰਨਾ ਭਾਈ ਸਾਹਿਬ ਦੇ ਹੱਕ ਦੇ ਵਿੱਚ ਇੱਕ ਦਸਕਤ ਮਹਿੰਮ ਚਲਾਈ ਹੈ ਉਹ ਰਾਸ਼ਟਰਪਤੀ ਨੂੰ ਸੌਂਪੀ ਜਾਏਗੀ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਉਹ ਰਾਸ਼ ਦੇਸ਼ ਦੇ ਰਾਸ਼ਟਰਪਤੀ ਨੂੰ ਉਹ 26 ਲੱਖ ਲੋਕਾਂ ਦੇ ਸਾਈਨ ਵਾਲੇ ਡਾਕੂਮੈਂਟ ਅਸੀਂ ਜਾ ਕੇ ਦੇ ਕੇ ਆਵਾਂਗੇ ਉਹਨਾਂ ਦੀ ਭੁਖ ਹੜਤਾਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰੋਗੇ ਜਾਂ ਮਰਸੀ ਪਟੀਸ਼ਨ ਵਾਪਸ ਲਓਗੇ ਨਹੀਂ ਹਰ ਕਿਸਮ ਦੀ ਕੋਸ਼ਿਸ਼ ਭਾਈ ਸਾਹਿਬ ਨੂੰ ਹਰ ਕਿਸਮ ਦੀ ਬੇਨਤੀ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨਗੇ ਅਕਾਲੀ ਦਲ ਅਸ਼ਦੀਪ ਕਲੇਰੋ ਨੇ ਗੱਲਬਾਤ ਕਰ ਰਹੀ ਸੀ ਕਿ ਭੁਖ ਹੜਤਾਲ ਨਹੀਂ ਚਾਹੁੰਦੇ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਸਰਕਾਰ ਚਾਹੇ ਸਟੇਟ ਦੀ ਹੈ ਸੈਂਟਰ ਦੀ ਹੈ ਉਹਨਾਂ ਨੂੰ ਇਸ ਤੇ ਸੰਗਿਆਨ ਕੋਈ ਨਾ ਕੋਈ ਲੈਣਾ ਚਾਹੀਦਾ ਔਰ ਜਿਹੜੀ ਪਰਮਿਸ਼ਨ ਵੀ ਸੀਗੀ ਉਸ ਤੇ ਵੀ ਗੱਲਬਾਤ ਕੀਤੀ ਕਿ ਪਰਮਿਸ਼ਨ ਸੀਗੀ ਔਰ ਕੱਲ ਜਾ ਕੇ ਮੁਲਾਕਾਤ ਅਕਾਲੀ ਦਲ ਕਰਨਾ ਚਾਹੁੰਦਾ ਸੀ ਲੇਕਿਨ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਕੈਮਰਾਮੈਨ ਸੰਦੀਪ ਕੁਮਾਰ ਨਾਲ ਅਮਨ ਭਾਰਦवाज ਨਿਊਜ਼ 18 ਚੰਡੀਗੜ੍ਹ